ਮੋਦੀ ਕੈਬਨਿਟ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਰਵਨੀਤ ਬਿੱਟੂ। ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਹੈ, ਰਵਨੀਤ ਬਿੱਟੂ ਨੂੰ ਮੰਤਰੀ ਬਣਨ ਦੇ ਲਈ ਫੋਨ ਕਾਲ ਆਈ ਹੈ। ਹਰਦੀਪ ਪੁਰੀ ਨੂੰ ਵੀ ਮੰਤਰੀ ਬਣਨ ਦੇ ਲਈ ਫੋਨ ਕਾਲ ਆਈ ਹੈ। ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਹੈ, ਰਵਨੀਤ ਬਿੱਟੂ ਜਿਹੜੇ ਕਿ ਲੁਧਿਆਣਾ ਤੋਂ ਬੀਜੇਪੀ ਉਮੀਦਵਾਰ ਸਨ, ਹਾਲਾਂਕਿ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਜਿੱਤਾਂ ਦੇ ਵਿੱਚ ਕਾਮਯਾਬ ਰਹੇ, ਪਰ ਇਸ ਦੇ ਵਿੱਚ ਵਾਲੇ ਦਰਸ਼ਕਾਂ ਨੂੰ ਜ਼ਰੂਰ ਯਾਦ ਹੋਵੇਗਾ ਜਦੋਂ ਅਮਿਤ ਸ਼ਾਹ ਲੁਧਿਆਣਾ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਚੋਣ ਰੈਲੀ ਕਰਨ ਆਏ ਸਨ। ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਸੀਗਾ ਕਿ ਰਵਨੀਤ ਬਿੱਟੂ ਨੂੰ ਜਿਤਾ ਕੇ ਭੇਜੋ, ਇਹ ਮੇਰੇ ਦੋਸਤ ਨੇ, ਮੈਂ ਇਹਨਾਂ ਨੂੰ ਹੋਰ ਵੱਡਾ ਚਿਹਰਾ ਬਣਾਵਾਂਗਾ, ਵੱਡਾ ਬੰਦਾ ਬਣਾਵਾਂਗਾ। ਹਰਦੀਪ ਰਵਨੀਤ ਬਿੱਟੂ ਨੂੰ ਲੈ ਕੇ ਜੋ ਕਿ ਅਮਿਤ ਸ਼ਾਹ ਦੇ ਵੱਲੋਂ ਕਿਹਾ ਗਿਆ ਸੀ, ਹਾਲਾਂਕਿ ਰਵਨੀਤ ਬਿੱਟੂ ਨੂੰ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਇਸ ਦੇ ਵਿਚਾਲੇ ਵੱਡੀ ਖਬਰ ਹੈ ਕਿ ਰਵਨੀਤ ਬਿੱਟੂ ਨੂੰ ਮੰਤਰੀ ਬਣਨ ਦੇ ਲਈ ਫੋਨ ਕਾਲ ਆਈ ਹੈ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ। ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਨੇਸ਼ ਕਟਾਰੀਆ ਜੁੜ ਚੁੱਕੇ ਨੇ। ਅਵਨੇਸ਼, ਹਾਲਾਂਕਿ ਪੰਜਾਬ ਤੋਂ ਬੀਜੇਪੀ ਦੇ ਖਾਤੇ ਕੋਈ ਵੀ ਸੀਟ ਨਹੀਂ ਗਈ, ਪਰ ਰਵਨੀਤ ਬਿੱਟੂ ਲਈ ਕਿਤੇ ਨਾ ਕਿਤੇ ਰਾਹਤ ਵਾਲੀ ਖਬਰ ਸਾਹਮਣੇ ਆ ਰਹੀ ਹੈ ਕਿ ਰਵਨੀਤ ਬਿੱਟੂ ਜਿਹੜੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਕੀ ਕੋਈ ਜਾਣਕਾਰੀ? ਪਰਮਿੰਦਰ, ਹੁਣੇ ਹੁਣੇ ਸਾਡੇ ਕੋਲ ਖਬਰ ਆਈ ਹੈ ਕਿ ਰਵਨੀਤ ਬਿੱਟੂ ਨੂੰ ਵੀ ਫੋਨ ਕਾਲ ਚਲੀ ਗਈ ਹੈ, ਜਿਹੜੇ ਕਿ ਕੈਬਿਨੇਟ ਵਿੱਚ ਸ਼ਾਮਿਲ ਕੀਤਾ ਜਾਣਾ ਅੱਜ ਸ਼ਾਮ ਨੂੰ, ਜਿੰਨਾ 7:15 ਸ਼ਪਥ ਹੈ। ਤੇ ਹੁਣ ਤੋਂ ਕੁਛ ਮਿੰਟ ਬਾਅਦ ਹੀ ਪ੍ਰਧਾਨ ਮੰਤਰੀ ਆਵਾਸ ਤੇ ਇੱਕ ਚਾਹ ਪਾਰਟੀ ਦਾ ਆਯੋਜਨ ਕੀਤਾ ਗਿਆ ਹੈ, ਤੇ ਸਾਰੇ ਜਿਹੜੇ ਲੀਡਰ ਹੈ ਜਿਨ੍ਹਾਂ ਨੂੰ ਕਾਲ ਗਈ ਹੈ ਉਹ ਚਾਹ ਪਾਰਟੀ ਲਈ ਪਹੁੰਚਣੇ ਸ਼ੁਰੂ ਹੋ ਗਏ ਹੈ। ਤੇ ਹੁਣ ਤੋਂ ਜਸਟ ਕੁਛ ਸੈਕਿੰਡ ਪਹਿਲਾਂ ਇਨਫੋਰਮੇਸ਼ਨ ਆਈ ਹੈ ਕਿ ਰਵਨੀਤ ਬਿੱਟੂ ਨੂੰ ਵੀ ਕਾਲ ਚਲੀ ਗਈ ਹੈ, ਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ 2-4-5 ਮਿੰਟਾਂ ਦੇ ਵਿੱਚ ਰਵਨੀਤ ਬਿੱਟੂ ਵੀ ਉੱਥੇ ਪਹੁੰਚ ਸਕਦੇ ਹੈ। ਹਾਲਾਂਕਿ ਰਵਨੀਤ ਬਿੱਟੂ ਆਲਰੇਡੀ ਦਿੱਲੀ ਵਿੱਚ ਹੀ ਮੌਜੂਦ ਸੀਗੇ, ਤੇ ਐਕਸਪੈਕਟ ਕੀਤਾ ਜਾ ਰਿਹਾ ਸੀਗਾ ਕਿ ਪੰਜਾਬ 'ਚੋਂ ਕਿਸੇ ਨਾ ਕਿਸੇ ਫੇਸ ਨੂੰ ਬੀਜੇਪੀ ਜ਼ਰੂਰ ਅਕੋਮੋਡੇਟ ਕਰੂਗੀ। ਨਾਮ ਚਰਚਾ ਚੱਲ ਰਹੀ ਸੀਗੀ ਕਿ ਤਰਨਜੀਤ ਸੰਧੂ ਵੀ ਹੋ ਸਕਦੇ ਆ ਜਾਂ ਰਵਨੀਤ ਬਿੱਟੂ ਹੋ ਸਕਦੇ ਹੈ, ਕਿਉਂਕਿ ਰਵਨੀਤ ਬਿੱਟੂ ਜਸਟ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਸਵਿੱਚ ਕਰਕੇ ਗਏ ਸੀਗੇ ਕਾਂਗਰਸ ਤੋਂ ਬੀਜੇਪੀ ਵੱਲ, ਤੇ ਇਸ ਕਰਕੇ ਐਕਸਪੈਕਟਡ ਕੀਤਾ ਜਾ ਰਿਹਾ ਸੀਗਾ ਕਿ ਰਵਨੀਤ ਬਿੱਟੂ ਪੁਰਾਣੇ ਕਾਂਗਰਸੀ ਪਰਿਵਾਰ ਤੋਂ ਗਏ ਹੈ, ਇਸ ਕਰਕੇ ਉਹਨਾਂ ਦਾ ਪਲੜਾ ਕਿਤੇ ਨਾ ਕਿਤੇ ਭਾਰੀ ਲੱਗ ਰਿਹਾ ਹੈ। ਤੇ ਹੁਣ ਤੋਂ ਕੁਝ ਸੈਕਿੰਡ ਪਹਿਲਾਂ ਇਹ ਖਬਰ ਆਈ ਹੈ ਕਿ ਰਵਨੀਤ ਬਿੱਟੂ ਨੂੰ ਕਾਲ ਚਲੀ ਗਈ ਹੈ, ਤੇ ਰਵਨੀਤ ਬਿੱਟੂ ਵੀ ਜਿਹੜੀ ਅੱਜ ਦੀ ਯੂਨੀਅਨ ਕੈਬਨਿਟ ਦਾ ਜਿਹੜਾ ਸਹੁੰ ਚੁੱਕ ਸਮਾਗਮ ਹੈ ਉਸ ਵਿੱਚ ਸ਼ਾਮਿਲ ਹੋਣ ਜਾ ਰਹੇ ਹੈ, ਯਾਨੀ ਕਿ ਪੰਜਾਬ ਨੂੰ ਇੱਕ ਨੁਮਾਇੰਦਗੀ ਮਿਲਣ ਜਾ ਰਹੀ ਹੈ। ਤੇ ਪਰਮਿੰਦਰ, ਦੂਸਰਾ ਇੰਟਰਸਟਿੰਗ ਪਹਿਲੂ ਇਹ ਵੀ ਹੈ ਕਿ ਰਵਨੀਤ ਬਿੱਟੂ ਕੋਈ ਲੋਕ ਸਭਾ MP ਨਹੀਂ ਹੈ, ਲੋਕ ਸਭਾ ਸੀਟ ਉਹ ਹਾਰ ਚੁੱਕੇ ਸੀ, ਯਾਨੀ ਕਿ ਜੇ ਉਹ ਮੰਤਰੀ ਪਦ ਦੀ ਸ਼ਪਥ ਲੈਂਦੇ ਹੈ ਤਾਂ ਅਗਲੇ 6 ਮਹੀਨਿਆਂ ਦੇ ਵਿੱਚ ਉਹ ਰਾਜ ਸਭਾ ਵੀ ਜਾਣਗੇ। ਜੇ ਰਵਨੀਤ ਬਿੱਟੂ ਮੰਤਰੀ ਪਦ ਦੀ ਸ਼ਪਥ ਆ ਸ਼ਾਮ ਨੂੰ ਲੈਂਦੇ ਆ ਤਾਂ ਉਹ ਰਾਜ ਸਭਾ ਵੀ ਜਾਣਗੇ, ਯਾਨੀ ਕਿ ਮੰਤਰੀ ਮੰਡਲ 'ਚ ਤਾਂ ਉਹਨਾਂ ਨੂੰ ਲਿਆ ਹੀ ਜਾਊਗਾ, ਉਸ ਤੋਂ ਇਲਾਵਾ ਉਹਨਾਂ ਨੂੰ ਰਾਜ ਸਭਾ ਵਿੱਚ ਵੀ ਲੈ ਕੇ MP ਦਾ ਅਹੁਦੇ ਨਾਲ ਵੀ ਨਿਵਾਜਿਆ ਜਾਊਗਾ। ਜੀ ਪਰਮਿੰਦਰ, ਬਿਲਕੁਲ ਵਰੇਸ਼, ਅਸੀਂ 2019 ਦੇ ਵਿੱਚ ਵਿਦੇਸ਼ ਦੇਖ ਚੁੱਕੇ ਹਾਂ ਜਦੋਂ ਅੰਮ੍ਰਿਤਸਰ ਤੋਂ ਹਰਦੀਪ ਪੁਰੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ, ਤੇ ਫਿਰ ਵੀ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਦਿੱਤੀ ਗਈ, ਤਾਂ ਇਹੀ ਮੰਨਿਆ ਜਾਵੇ ਕਿ ਕਿਤੇ ਨਾ ਕਿਤੇ ਇੱਕ ਤਾਂ ਪੰਜਾਬ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਪੰਜਾਬ 'ਤੇ ਫੋਕਸ ਕੀਤਾ ਜਾ ਰਿਹਾ, ਅਤੇ ਇੱਕ ਸਿੱਖ ਚਿਹਰੇ ਦੇ ਵਜੋਂ ਵੀ ਜਿਹੜੇ ਕਿ ਇਹਨਾਂ ਚਿਹਰਿਆਂ ਨੂੰ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਜਾ ਰਿਹਾ। ਦੇਖੋ ਪਰਮਿੰਦਰ, ਜੇ ਸਿੱਖ ਚਿਹਰੇ ਦੀ ਗੱਲ ਕਰੀਏ ਤਾਂ ਹਰਦੀਪ ਸਿੰਘ ਪੁਰੀ ਪਹਿਲਾਂ ਵੀ ਸ਼ਾਮਿਲ ਹੋਏ ਸੀਗੇ, ਤੇ ਇਸ ਵਾਰ ਵੀ ਉਮੀਦ ਹੈ ਉਹਨਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ, ਪਰ ਜਿਹੜੇ ਹਰਦੀਪ ਸਿੰਘ ਪੁਰੀ ਆ ਉਹ ਦਿੱਲੀ ਨੂੰ ਬਿਲੋਂਗ ਕਰਦੇ ਹੈ। ਫਿਰ ਇਹ ਸਵਾਲ ਉੱਠ ਜਾਣਾ ਸੀਗਾ ਕਿ ਪੰਜਾਬ ਨੂੰ ਕੋਈ ਨੁਮਾਇੰਦਗੀ ਨਹੀਂ ਮਿਲੀ, ਭਾਵੇਂ ਪੰਜਾਬ ਨੇ ਇੱਕ ਵੀ MP ਨਹੀਂ ਦਿੱਤਾ ਬੀਜੇਪੀ ਨੂੰ, ਪਰ ਜੇ ਵੋਟ ਸ਼ੇਅਰ ਦੀ ਗੱਲ ਕਰੀਏ ਤਾਂ ਬੀਜੇਪੀ ਦਾ ਵੋਟ ਸ਼ੇਅਰ ਅੱਛਾ ਖਾਸਾ ਵਧਿਆ, 18% ਦੇ ਕਰੀਬ ਬੀਜੇਪੀ ਨੂੰ ਵੋਟ ਸ਼ੇਅਰ ਮਿਲਿਆ, ਤੇ ਅੱਗੇ ਜੇ ਵਿਧਾਨ ਸਭਾ ਚੋਣਾਂ ਬੀਜੇਪੀ ਨੇ ਜਿਹੜੀਆਂ 2.5 ਸਾਲ ਬਾਅਦ ਹੋਣਗੀਆਂ ਇਕੱਲੇ ਲੜਨੀਆਂ ਹੈ, ਤਾਂ ਉਹਨਾਂ ਨੂੰ ਕੋਈ ਨਾ ਕੋਈ ਇਹ ਤਾਂ ਸ਼ੋਅ ਆਫ ਕਰਨਾ ਹੀ ਪਊਗਾ ਕਿ ਬੀਜੇਪੀ ਹੈ ਜਿਹੜੇ ਪੰਜਾਬ ਦੇ ਲੋਕਾਂ ਦੀ ਸੈਂਟੀਮੈਂਟ ਦੇ ਪੂਰਾ ਧਿਆਨ ਦੇ ਰਹੀ ਹੈ, ਇਸੇ ਕਰਕੇ ਉਹਨਾਂ ਨੂੰ ਪੰਜਾਬ 'ਚੋਂ ਕਿਸੇ ਨਾ ਕਿਸੇ ਦੀ ਰੀਪ੍ਰਜੈਂਟੇਸ਼ਨ ਤਾਂ ਦੇਣੀ ਪੈਣੀ ਸੀਗੀ। ਇਸ ਕਰਕੇ ਰਵਨੀਤ ਬਿੱਟੂ ਦਾ ਨਾਮ ਹੈ ਜਿਹੜਾ ਇਸ ਲਿਸਟ ਵਿੱਚ ਟੌਪ 'ਤੇ ਚੱਲ ਰਿਹਾ ਸੀਗਾ, ਅਤੇ ਹੁਣ ਖਬਰ ਆ ਰਹੀ ਹੈ ਕਿ ਰਵਨੀਤ ਬਿੱਟੂ ਨੂੰ ਕਾਲ ਵੀ ਚਲੀ ਗਈ ਅਤੇ ਉਹ PM ਆਵਾਸ ਵੀ ਪਹੁੰਚ ਗਏ, ਜਿਹੜੀ ਚਾਹ ਪਾਰਟੀ ਦਾ ਪ੍ਰੋਗਰਾਮ ਸੀ ਉਸ ਲਈ ਉਹ PM ਦੇ ਘਰੇ ਵੀ ਪਹੁੰਚ ਚੁੱਕੇ ਹੈ, ਯਾਨੀ ਕਿ ਰਵਨੀਤ ਬਿੱਟੂ ਦਾ ਨਾਮ ਲਗਭਗ ਕਲੀਅਰ ਹੋ ਗਿਆ ਕਿ ਉਹ ਅੱਜ ਦੀ ਕੈਬਨਿਟ ਦੇ
ਵਿੱਚ ਸ਼ਪਥ ਲੈਣਗੇ। ਹੁਣ ਸਵਾਲ ਇਹ ਉੱਠਦਾ ਕਿ ਰਵਨੀਤ ਬਿੱਟੂ ਯੂਨੀਅਨ ਕੈਬਨਿਟ ਵਿੱਚ ਕੈਬਨਿਟ ਮੰਤਰੀ ਵਜੋਂ ਸ਼ਪਥ ਲੈਣਗੇ ਜਾਂ ਸਟੇਟ ਮੰਤਰੀ ਹੋਣਗੇ, ਇਸ ਲਈ ਆਪਾਂ ਨੂੰ ਆਫੀਸ਼ੀਅਲ ਲਿਸਟ ਦਾ ਇੰਤਜ਼ਾਰ ਕਰਨਾ ਪਊਗਾ ਜਾਂ ਸ਼ਾਮ ਦੇ 7:15 ਵਜੇ ਦਾ ਇੰਤਜ਼ਾਰ ਕਰਨਾ ਪਊਗਾ। ਅਵਨੇਸ਼, ਇਹ ਕਿਹਾ ਜਾ ਸਕਦਾ ਕਿ ਕਿਤੇ ਨਾ ਕਿਤੇ ਅਮਿਤ ਸ਼ਾਹ ਦੇ ਵੱਲੋਂ ਆਪਣੀ ਗੱਲ ਪੁਗਾਈ ਗਈ ਆ। ਉਹਨਾਂ ਲੁਧਿਆਣਾ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀਗਾ ਕਿ ਤੁਸੀਂ ਰਵਨੀਤ ਬਿੱਟੂ ਨੂੰ ਜਿਤਾ ਕੇ ਭੇਜੋ, ਹਾਲਾਂਕਿ ਜਿੱਤ ਤਾਂ ਨਹੀਂ ਸਕੇ, ਪਰ ਨਾਲ ਉਹਨਾਂ ਨੇ ਕਿਹਾ ਸੀਗਾ ਕਿ ਉਹ ਪੁਰਾਣੇ ਦੋਸਤ ਨੇ, ਰਵਨੀਤ ਬਿੱਟੂ ਉਹਨਾਂ ਦੇ ਤੇ ਵੱਡਾ ਚਿਹਰਾ ਉਹਨਾਂ ਨੂੰ ਬਣਾਉਣਗੇ। ਦੇਖੋ ਪਰਮਿੰਦਰ, ਜਦੋਂ ਰਵਨੀਤ ਸਿੰਘ ਬਿੱਟੂ ਭਾਜਪਾ ਵਿੱਚ ਸ਼ਾਮਿਲ ਹੋਏ ਸੀ, ਆਲ ਆਫ ਸਡਨ ਇੱਕ ਖਬਰ ਆਈ ਸੀ ਕਿ ਬਿੱਟੂ ਭਾਜਪਾ 'ਚ ਸ਼ਾਮਿਲ ਹੋ ਰਹੇ ਹੈ, ਉਦੋਂ ਹੀ ਇਸ ਗੱਲ ਦੀ ਚਰਚਾ ਚੱਲ ਰਹੀ ਸੀਗੀ ਕਿ ਰਵਨੀਤ ਬਿੱਟੂ ਨੂੰ ਬੀਜੇਪੀ ਵੱਲੋਂ ਠੀਕ ਠਾਕ ਕਮਿਟਮੈਂਟ ਕੀਤੀ ਗਈ ਹੈ, ਇਸ ਤੋਂ ਬਾਅਦ ਹੀ ਉਹ ਸ਼ਾਮਿਲ ਹੋ ਰਹੇ ਹੈ। ਸਾਰੀਆਂ ਕਿਆਸ ਰਾਈਆਂ, ਸਾਰੇ ਜਿਹੜੇ ਮਾਹਰ ਹੈ, ਜਾਣਕਾਰ ਹੈ, ਉਹ ਇਹੀ ਗੱਲ ਕਹਿ ਰਹੇ ਸੀਗੇ ਕਿ ਰਵਨੀਤ ਬਿੱਟੂ ਜੇ ਜਿੱਤੇ ਆ ਤਾਂ ਉਹ ਫੋਰ ਸ਼ੋਰ ਕੈਬਨਿਟ ਵਿੱਚ ਜਾਣਗੇ, ਅਤੇ ਉਸ ਗੱਲ ਦੀ ਮੋਹਰ ਅਮਿਤ ਸ਼ਾਹ ਨੇ ਆਪਦੀ ਲੁਧਿਆਣਾ ਰੈਲੀ ਵਿੱਚ ਲਾਤੀ ਸੀਗੀ, ਪਰ ਰਿਜ਼ਲਟ ਜੋ ਆਇਆ ਉਹ ਇਹ ਆਇਆ ਕਿ ਰਵਨੀਤ ਬਿੱਟੂ ਜਿੱਤ ਨਹੀਂ ਸਕੇ, ਇਸ ਕਰਕੇ ਫਿਰ ਚਰਚਾਵਾਂ ਨੂੰ ਵਿਰਾਮ ਲੱਗ ਗਿਆ ਸੀਗਾ। ਪਰ ਹੁਣ ਅੱਜ ਹੁਣ ਤੋਂ ਕੁਛ ਮਿੰਟ ਪਹਿਲਾਂ ਜਦੋਂ ਖਬਰ ਆਈ ਕਿ ਭਾਵੇਂ ਰਵਨੀਤ ਬਿੱਟੂ ਨਹੀਂ ਜਿੱਤੇ ਪਰ ਫਿਰ ਵੀ ਜਿਹੜੇ ਹੈ ਬੀਜੇਪੀ ਨੇ ਜਿਹੜੀ ਉਹਨਾਂ ਨਾਲ ਕਮਿਟਮੈਂਟ ਕੀਤੀ ਸੀਗੀ ਅਤੇ ਉਸ ਨੂੰ ਪੁਗਾਇਆ ਜਾ ਰਿਹਾ, ਅਤੇ ਜਿਹੜੀ ਅਮਿਤ ਸ਼ਾਹ ਨੇ ਗੱਲ ਕਹੀ ਸੀਗੀ ਉਸ ਨੂੰ ਪੂਰਾ ਕੀਤਾ ਜਾ ਰਿਹਾ, ਹਾਰਨ ਦੇ ਬਾਵਜੂਦ ਵੀ ਰਵਨੀਤ ਬਿੱਟੂ ਨੂੰ ਯੂਨੀਅਨ ਕੈਬਨਿਟ ਵਿੱਚ ਸ਼ਾਮਿਲ ਕੀਤਾ ਜਾ ਰਿਹਾ। ਅਵਨੇਸ਼, ਜਿਵੇਂ ਕਿ ਵੀ ਸੰਭਾਵਨਾ ਮੰਨੀ ਜਾ ਰਹੀ ਸੀ ਕਿ ਕਿਤੇ ਨਾ ਕਿਤੇ ਤਰਨਜੀਤ ਸਿੰਘ ਸੰਧੂ ਨੂੰ ਇਸ ਵਾਸਤੇ ਚੁਣਿਆ ਜਾ ਸਕਦਾ, ਪਰ ਹੁਣ ਮੰਨਿਆ ਜਾਵੇ ਕਿ ਰਵਨੀਤ ਬਿੱਟੂ ਤੋਂ ਇਲਾਵਾ ਹੁਣ ਪੰਜਾਬ ਤੋਂ ਸੰਭਾਵਨਾ ਘੱਟ ਹੈ, ਚਾਹੇ ਉਹ ਤਰਨਜੀਤ ਸੰਧੂ ਹੋਣ ਚਾਹੇ ਉਹ ਪ੍ਰਨੀਤ ਕੌਰ ਹੋਣ। ਦੇਖੋ ਪਰਮਿੰਦਰ, ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਪੰਜਾਬ ਤੋਂ ਕੋਈ ਲੋਕ ਸਭਾ MP ਦਾ ਜਿੱਤ ਕੇ ਨਹੀਂ ਆਇਆ, ਇਸ ਕਰਕੇ ਜਿਹੜੇ ਵੀ ਪੋਲੀਟੀਸ਼ੀਅਨ ਨੂੰ ਸ਼ਾਮਿਲ ਕੀਤਾ ਜਾਊਗਾ ਕੈਬਨਿਟ ਵਿੱਚ, ਇੱਕ ਸਰਕਾਰ ਦੀ ਪਾਰਟੀ ਦੀ ਕੰਡੀਸ਼ਨ ਇਹ ਵੀ ਰਹੂਗੀ ਕਿ ਉਹਨੂੰ ਰਾਜ ਸਭਾ ਦੇਣੀ ਪਊਗੀ। ਹੁਣ ਰਾਜ ਸਭਾ ਦੀ ਲਿਮਿਟੇਸ਼ਨ ਹੈ, ਰਾਜ ਸਭਾ ਹਰੇਕ ਕਿਸੇ ਨੂੰ ਤਾਂ ਦਿੱਤੀ ਨਹੀਂ ਜਾ ਸਕਦੀ, ਇਸ ਕਰਕੇ ਬੀਜੇਪੀ ਉਹ ਸਮੀਕਰਨ ਬਿਠਾਉਣ ਦੀ ਕੋਸ਼ਿਸ਼ ਕਰ ਰਹੀ ਹੈ ਵੀ ਜੇ ਪੰਜਾਬ 'ਚ ਇੱਕ ਫੇਸ ਸ਼ਾਮਿਲ ਕਰ ਰਹੇ ਆ ਤਾਂ ਉਹਨਾਂ ਨੂੰ ਇਹ ਵੀ ਧਿਆਨ ਰੱਖਣਾ ਪੈਣਾ ਕਿ ਅਗਲੇ 4-6 ਮਹੀਨਿਆਂ ਦੇ ਵਿੱਚ ਰਾਜ ਸਭਾ ਵਿੱਚ ਵੀ ਜ਼ਰੂਰ ਭੇਜਿਆ ਜਾ ਸਕੇ, ਇਸ ਕਰਕੇ ਬੀਜੇਪੀ ਦੇ ਮਾਇੰਡ ਵਿੱਚ ਰਾਜ ਸਭਾ ਵਾਲੀ ਗਿਣਤੀ ਜ਼ਰੂਰ ਹੈ। ਇਸ ਲਈ ਹੁਣ ਜੇ ਰਾਜ ਸਭਾ 'ਚ ਸ਼ਾਮਿਲ ਕਰਨਾ ਤਾਂ ਜੇ ਭਾਵੇਂ ਤਰਨਜੀਤ ਸੰਧੂ ਹੋਣ, ਪ੍ਰਨੀਤ ਕੌਰ ਹੋਣ ਜਾਂ ਰਵਨੀਤ ਬਿੱਟੂ ਹੋਣ, ਜੇ 3 ਕੈਬਨਿਟ ਬਰਥ ਦੇ ਦੇਣਗੇ ਤਾਂ 3 ਮੰਤਰੀ ਰਾਜ ਸਭਾ ਵਿੱਚ ਕਿਵੇਂ ਲੈ ਕੇ ਜਾਣਗੇ ਉਹ। ਸ਼ਾਇਦ ਇਹੀ ਕਾਰਨ ਹੈ ਕਿ ਜੇ ਪੰਜਾਬ ਵਿੱਚੋਂ ਇਸ ਵੇਲੇ ਸਿਰਫ ਰਵਨੀਤ ਬਿੱਟੂ ਨੂੰ ਹੀ ਨੁਮਾਇੰਦਗੀ ਦਿੱਤੀ ਜਾ ਰਹੀ ਹੈ ਅਤੇ ਹਰਦੀਪ ਸਿੰਘ ਪੁਰੀ ਦੂਸਰੇ ਸਿੱਖ ਫੇਸ ਹੋਣਗੇ ਜਿਹੜੇ ਆਲਰੇਡੀ ਰਾਜ ਸਭਾ ਮੈਂਬਰ ਹੈਗੇ ਹੈ, ਤਾਂ 2 ਸਿੱਖ ਫੇਸਿਸ ਇਸ ਵਾਰ ਯੂਨੀਅਨ ਕੈਬਨਿਟ ਵਿੱਚ ਦੇਖਣ ਨੂੰ ਮਿਲ ਸਕਦੇ ਹੈ। ਠੀਕ ਹੈ ਮਨੀਸ਼, ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ। ਮੋਦੀ ਕੈਬਨਿਟ ਦੇ ਨਾਲ ਜੁੜੀ ਇਹ ਵੱਡੀ ਖਬਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ। ਮੋਦੀ ਕੈਬਨਿਟ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਰਵਨੀਤ ਬਿੱਟੂ। ਰਵਨੀਤ ਬਿੱਟੂ ਨੂੰ ਮੰਤਰੀ ਬਣਨ ਦੇ ਲਈ ਫੋਨ ਕਾਲ ਆਈ ਹੈ, ਪ੍ਰਧਾਨ ਮੰਤਰੀ ਹਾਊਸ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਰਵਨੀਤ ਬਿੱਟੂ ਪਹੁੰਚ ਚੁੱਕੇ ਨੇ ਅਤੇ ਚਾਹ 'ਤੇ ਜਿਹੜੇ ਕਿ ਪ੍ਰਧਾਨ ਮੰਤਰੀ ਦੇ ਨਾਲ ਉਹਨਾਂ ਦੀ ਚਰਚਾ ਹੋਵੇਗੀ, ਸੰਭਾਵਿਤ ਮੰਤਰੀਆਂ ਦੇ ਨਾਲ ਚਾਹ 'ਤੇ ਪ੍ਰਧਾਨ ਮੰਤਰੀ ਜੋ ਕਿ ਚਰਚਾ ਕਰ ਰਹੇ ਨੇ, ਤਾਂ ਇਹ ਜ਼ਰੂਰ ਦੱਸ ਦਈਏ ਦਰਸ਼ਕਾਂ ਨੂੰ ਕਿਉਂਕਿ ਪੰਜਾਬ ਤੋਂ ਬੀਜੇਪੀ ਦੇ ਖਾਤੇ ਦੇ ਵਿੱਚ ਕੋਈ ਵੀ ਸੀਟ ਨਹੀਂ ਗਈ, ਬੀਜੇਪੀ ਕੋਈ ਵੀ 13 ਦੇ ਵਿੱਚੋਂ ਸੀਟ ਨਹੀਂ ਜਿੱਤ ਸਕੀ, ਰਵਨੀਤ ਬਿੱਟੂ ਨੂੰ ਦੇਣਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਯਾਨੀ ਕਿ ਹੁਣ ਵਾਇਆ ਰਾਜ ਸਭਾ ਜਿਹੜੀ ਕਿ ਰਵਨੀਤ ਬਿੱਟੂ ਦੀ ਮੰਤਰੀ ਮੰਡਲ ਦੇ ਵਿੱਚ ਐਂਟਰੀ ਹੋ ਰਹੀ, ਯਾਨੀ ਕਿ ਜੇਕਰ ਅੱਜ ਸਹੁੰ ਚੁੱਕਦੇ ਤਾਂ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਰਾਜ ਸਭਾ ਭੇਜਿਆ ਜਾਵੇਗਾ, ਰਾਜ ਸਭਾ ਤੋਂ ਉਹਨਾਂ ਦੀ ਜਿਹੜੀ ਕਿ ਨੋਮੀਨੇਸ਼ਨ ਹੋਵੇਗੀ, ਰਾਜ ਸਭਾ ਦੇ ਮੈਂਬਰ ਦੇ ਤੌਰ 'ਤੇ ਉਹਨਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਅਤੇ ਤਾਂ ਹੀ ਜਿਹੜੇ ਕਿ ਉਹ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਪਰ ਅੱਜ ਉਹਨਾਂ ਦੇ ਵੱਲੋਂ ਸਹੁੰ ਚੁੱਕ ਲਈ ਜਾਵੇਗੀ ਅਤੇ 6 ਮਹੀਨੇ ਦੇ ਵਿੱਚ ਜਿਹੜੀ ਪੂਰੀ ਪ੍ਰਕਿਰਿਆ ਕਰਨੀ ਹੁੰਦੀ ਹੈ, ਰਾਜ ਸਭਾ ਭੇਜਿਆ ਜਾਣਾ ਹੁੰਦਾ ਹੈ, ਕਿਉਂਕਿ 2019 ਦੇ ਵਿੱਚ ਹਰਦੀਪ ਪੁਰੀ ਹਾਲਾਂਕਿ ਅੰਮ੍ਰਿਤਸਰ ਤੋਂ ਹਾਰੇ ਸਨ, ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ, ਤਾਂ ਉਹਨਾਂ ਨੂੰ ਇਸੇ ਤਰ੍ਹਾਂ ਵਾਇਆ ਰਾਜ ਸਭਾ ਜਿਹੜਾ ਕਿ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀਗਾ ਅਤੇ ਇਸ ਵਾਰ ਹਾਲਾਂਕਿ ਪੰਜਾਬ ਤੋਂ ਬੀਜੇਪੀ ਕੋਈ ਵੀ ਸੀਟ ਨਹੀਂ ਜਿੱਤ ਸਕੀ, ਤਾਂ ਜ਼ਰੂਰ ਪੰਜਾਬ 'ਤੇ ਵੀ ਫੋਕਸ ਕੀਤਾ ਗਿਆ ਅਤੇ ਇੱਕ ਸਿੱਖ ਚਿਹਰੇ ਦੇ ਵਜੋਂ ਵੀ ਜਿਹੜਾ ਕਿ ਰਵਨੀਤ ਬਿੱਟੂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ। ਸੋ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਰਵਨੀਤ ਬਿੱਟੂ ਮੋਦੀ ਕੈਬਨਿਟ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਅਜੇਕਰ ਚੋਣ ਨਤੀਜਿਆਂ ਦੀ ਗੱਲ ਕੀਤੀ ਜਾਵੇ, ਹਾਲਾਂਕਿ ਬਹੁਤ ਫਸਵਾਂ ਮੁਕਾਬਲਾ ਰਿਹਾ,
ਰਵਨੀਤ ਬਿੱਟੂ ਅਤੇ ਰਾਜਾ ਵੜਿੰਗ ਦੇ ਵਿਚਕਾਰ, ਕਿਉਂਕਿ ਰਵਨੀਤ ਬਿੱਟੂ ਪਹਿਲਾਂ 3 ਵਾਰ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੇ ਕੈਂਪੀ ਰਹੇ, ਇੱਕ ਵਾਰ ਅਨੰਦਪੁਰ ਸਾਹਿਬ ਤੋਂ ਰਹੇ, 2 ਵਾਰ ਲੁਧਿਆਣਾ ਤੋਂ MP ਚੁਣੇ ਗਏ, ਪਰ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਰਵਨੀਤ ਬਿੱਟੂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿੰਦੇ ਨੇ, BJP ਵਿੱਚ ਚਲੇ ਜਾਂਦੇ ਨੇ, BJP ਵੱਲੋਂ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ, ਤਾਂ ਫਿਰ ਕਾਂਗਰਸ ਪਾਰਟੀ ਵਾਸਤੇ ਇੱਕ ਵੱਡਾ ਵਕਾਰ ਦਾ ਸਵਾਲ ਬਣ ਜਾਂਦੀ ਹੈ ਲੁਧਿਆਣਾ ਸੀਟ। ਫਿਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਜਿਹੜਾ ਕਿ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ, ਉਮੀਦਵਾਰ ਐਲਾਨਿਆ ਜਾਂਦਾ ਹੈ, ਤਾਂ ਚੋਣ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਰਾਜਾ ਵੜਿੰਗ ਜਿਹੜੇ ਕਿ ਜਿੱਤਣ ਦੇ ਵਿੱਚ ਕਾਮਯਾਬ ਰਹੇ, ਹਾਲਾਂਕਿ ਮਾਰਜਨ ਬਹੁਤ ਜ਼ਿਆਦਾ ਨਹੀਂ ਸੀ, 20-21,000 ਦਾ ਕਰੀਬ ਜਿਹੜਾ ਕਿ ਮਾਰਜਨ ਸੀ, ਜਿਹੜੇ ਕਿ ਰਾਜਾ ਵੜਿੰਗ ਜਿੱਤਣ ਦੇ ਵਿੱਚ ਕਾਮਯਾਬ ਰਹੇ। ਰਵਨੀਤ ਬਿੱਟੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਜਦੋਂ ਲੋਕ ਸਭਾ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਸੀਗਾ, ਅਮਿਤ ਸ਼ਾਹ ਜਦੋਂ ਲੁਧਿਆਣਾ ਦੇ ਵਿੱਚ ਚੋਣ ਰੈਲੀ ਕਰਨ ਆਏ, ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਰਵਨੀਤ ਬਿੱਟੂ ਨੂੰ ਜਿਤਾ ਕੇ ਭੇਜੋ, ਮੈਂ ਵੱਡਾ ਚਿਹਰਾ ਬਣਾਵਾਂਗਾ। ਹਾਲਾਂਕਿ ਜਿੱਤ ਤਾਂ ਨਹੀਂ ਸਕੇ, ਪਰ ਕਿਤੇ ਨਾ ਕਿਤੇ ਫਿਰ ਵੀ ਅਮਿਤ ਸ਼ਾਹ ਦੇ ਵੱਲੋਂ ਆਪਣੀ ਗੱਲ ਪੁਗਾਈ ਗਈ ਹੈ, ਰਵਨੀਤ ਬਿੱਟੂ ਜਿਹੜੇ ਕਿ ਮੋਦੀ ਕੈਬਨਿਟ ਦੇ ਵਿੱਚ ਸ਼ਾਮਲ ਹੋ ਸਕਦੇ ਨੇ।